ਸਰ ਆਪਣੇ ਫਿਰੋਜ਼ਪੁਰ ਪੁਲਿਸ ਨੇ ਨਸ਼ੇ ਦੇ ਵਿਰੁੱਧ ਕਿਹੜੀ ਕਾਰਵਾਈ ਕੀਤੀ ਹੈ ਜੀ? ਐਸਐਸਪੀ ਫਿਰੋਜ਼ਪੁਰ ਸ੍ਰੀ ਦੀਪਕ ਖਲੋੜੀ ਜੀ ਵੱਲੋਂ ਜਿਹੜੀ ਇੱਕ ਸਪੈਸ਼ਲਾਈਜ਼ਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ। ਭਾਵ ਇਹ ਹੈ ਕਿ ਆਰਥਿਕ ਅਪਰਾਧ ਤਫਤੀਸ਼ ਯੂਨਿਟ ਬਣਾਈ ਗਈ ਸੀ। ਉਹ ਯੂਨਿਟ ਨੂੰ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਦ 1 ਕਰੋੜ ਤੋਂ ਵੱਧ ਦੀ ਲਗਭਗ 1 ਕਰੋੜ ਦੀ ਪ੍ਰੋਪਰਟੀ ਜਿਹੜੀ ਹੈਗੀ ਸਦਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਫ੍ਰੀਜ਼ ਕੀਤੀ ਗਈ ਹੈ। ਨਿਸ਼ਾਨ ਸਿੰਘ ਜਿਹੜਾ ਵਕੀਲਾ ਵਾਲੀ ਸਦਰ ਜ਼ਿਲ੍ਹਾ ਦਾ ਰਹਿਣ ਵਾਲਾ ਸੀ, ਜਿਸ 'ਤੇ 10 ਕਿਲੋ ਅਫੀਮ ਦਾ ਪਰਚਾ ਸੀਗਾ 58/22 ਥਾਣਾ ਕੁਲਗੜੀ ਦਾ, ਉਹਦੀ 26 ਲੱਖ ਦੀ ਪ੍ਰੋਪਰਟੀ ਸੀਜ਼ ਕੀਤੀ ਗਈ ਹੈ। ਦਲਜੀਤ ਸਿੰਘ ਜਿਹੜਾ ਫਿਰੋਕੇ ਸਦਰ ਜ਼ਿਲ੍ਹਾ ਦਾ ਰਹਿਣ ਵਾਲਾ ਸੀ, ਜਿਸ 'ਤੇ 500 ਗ੍ਰਾਮ ਦਾ ਹੀਰੋਇਨ ਦਾ ਪਰਚਾ ਸੀ, ਉਹਦੀ 24 ਲੱਖ ਦੀ ਪ੍ਰੋਪਰਟੀ ਸੀਜ਼ ਕੀਤੀ ਗਈ ਹੈ। ਅਤੇ ਨਿਰਵੈਰ ਜਿਹੜਾ ਛਾਬਾ ਸਦਰ ਜ਼ਿਲ੍ਹਾ ਦਾ ਰਹਿਣ ਵਾਲਾ ਸੀ, ਉਹਦੀ 46 ਲੱਖ ਦੀ ਪ੍ਰੋਪਰਟੀ ਸੀਜ਼ ਕੀਤੀ ਗਈ ਹੈ। ਨਾਲ ਨਾਲ ਮੈਂ ਇਹ ਵੀ ਦੱਸ ਦੇਵਾਂ ਕਿ ਸਾਲ 2023 ਵਿੱਚ ਮਾਨਯੋਗ ਐਸਐਸਪੀ ਫਿਰੋਜ਼ਪੁਰ ਦੀਪਕ ਖਿਲੋਰੀ ਜੀ ਦੇ ਨਿਰਦੇਸ਼ ਮੁਤਾਬਿਕ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਬਣੀ ਹੈ, ਹੁਣ ਤੱਕ 23 ਕੇਸਿਸ ਵਿੱਚ ਪ੍ਰੋਪਰਟੀਆਂ ਫ੍ਰੀਜ਼ ਕਰਾ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਤੱਕ 10 ਕਰੋੜ ਤੋਂ ਵੱਧ ਦੀ ਪ੍ਰੋਪਰਟੀ ਜਿਹੜੀ ਹੈਗੀ ਉਹ ਫ੍ਰੀਜ਼ ਕੀਤੀ ਗਈ ਹੈ। ਆਹ ਜਿਹੜੀ ਮੁਹਿੰਮ ਹੈ, ਇਸ ਤੋਂ ਜਿਹੜੇ ਨਸ਼ੇ ਦੇ